ਅੱਜ ਅੰਮ੍ਰਿਤਸਰ ਵਿੱਚ ਪਨ ਬੱਸ ਡਰਾਈਵਰ ਤੇ ਕੰਡਕਟਰਾਂ ਨੇ ਨਵੇਂ ਸਿਰੇ ਤੋਂ ਭਰਤੀ ਨੂੰ ਲੈ ਕੇ ਇੱਕ ਵਾਰ ਫਿਰ ਵਿਰੋਧ ਕੀਤਾ ਹੈ। ਪੁਰਾਣੇ ਡਰਾਈਵਰ ਤੇ ਕੰਡਕਟਰਾਂ ਨੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ ਦਾ ਰਸਤਾ ਜਾਮ ਕਰ ਦਿੱਤਾ। ਇਸ ਮੌਕੇ ਤੇ ਡਰਾਈਵਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਸਾਡੇ ਨਾਲ ਮੀਟਿੰਗ ਕਰ ਰਹੀ ਹੈ ਤੇ ਦੂਸਰੇ ਪਾਸੇ ਸਰਕਾਰ ਨੇ ਹੀ ਪੰਜਾਬ ਦੇ ਅੰਦਰ ਭਰਤੀ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਪਹਿਲੇ ਪੁਰਾਣੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਤੇ ਉਹਨਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ। ਉਹਨਾਂ ਨੇ ਇਹ ਵੀ ਕਿਹਾ ਕਿ 1200 ਦੇ ਕਰੀਬ ਪਨ ਬੱਸ ਕਰਮਚਾਰੀਆਂ ਨੂੰ ਸਸਪੈਂਡ ਕੀਤਾ ਹੈ, ਉਹਨਾਂ ਨੂੰ ਦੁਬਾਰਾ ਫਿਰ ਨੌਕਰੀ ਤੇ ਵਾਪਸ ਬੁਲਾਇਆ ਜਾਵੇ। ਹੋਰ ਉਹਨਾਂ ਨੇ ਕੀ ਕਿਹਾ ਤੁਸੀਂ ਖੁਦ ਸੁਣ ਸਕਦੇ ਹੋ। ਕੀ ਮਸਲਾ ਸਰ? ਇਹ ਜਿਹੜਾ ਅੱਜ ਦੀ ਜਿਹੜਾ ਸਾਡਾ ਐਜੂਕੇਸ਼ਨ ਆ, ਇਹ ਜਿਹੜੀ ਆਊਟਸੋਰਸਿੰਗ ਦੀ ਭਰਤੀ ਜਿਹੜੀ ਉਹ ਡੱਕਣ ਬਾਰੇ ਆ, ਜਿਹੜੀ ਆਊਟਸੋਰਸਿੰਗ ਦੀ ਭਰਤੀ ਆ, ਇਹ ਕੈਪਟਨ ਸਾਹਿਬ ਨੇ ਪਹਿਲੀ ਕੈਬਨਿਟ ਦੇ ਵਿੱਚ ਫੈਸਲਾ ਲਿਆ ਸੀ ਕਿ ਜਿਹੜੀ ਆਊਟਸੋਰਸਿੰਗ ਦੀ ਭਰਤੀ ਜਿਹੜੀ ਉਹ ਬਿਲਕੁਲ ਨਹੀਂ ਕੀਤੀ ਜਾਏਗੀ ਪੰਜਾਬ 'ਚ। ਅਤੇ ਜਦੋਂ ਵੀ ਸਾਡਾ ਸੰਘਰਸ਼ ਹੁੰਦਾ, ਬਾਅਦ 'ਚ ਟੇਬਲ ਟੋਕ ਮੀਟਿੰਗ ਹੁੰਦੀ ਆ ਕਿ ਅਫਸਰ ਨਾਲ ਜਾਂ ਸਾਡੀ ਮੰਤਰੀ ਨਾਲ, ਉਹ ਇਹ ਗੱਲ ਕਹਿੰਦੀ ਆ ਕਿ ਜਿਹੜੀ ਆਊਟਸੋਰਸਿੰਗ ਭਰਤੀ ਆ, ਇਹ ਗੈਰ ਕਾਨੂੰਨੀ ਤਰੀਕੇ ਨਾਲ ਭਰਤੀ ਹੁੰਦੀ ਆ, ਇਹਨੂੰ ਅਸੀਂ ਕੋਈ ਰੈਗੂਲਰ ਨਹੀਂ ਕਰ ਸਕਦੇ, ਕੋਈ ਇਹ 'ਚ ਵਾਧਾ ਨਹੀਂ ਕਰ ਸਕਦੇ, ਕੋਈ ਸੈਲਰੀ ਨਹੀਂ ਦੱਸ ਸਕਦੇ। ਅਤੇ ਇਸ ਕਰਕੇ ਜੇ ਇਹ ਗੈਰ ਕਾਨੂੰਨੀ ਭਰਤੀ ਆ ਤਾਂ ਫਿਰ ਇਹਨੂੰ ਕਿਉਂ ਕੀਤਾ ਜਾ ਰਿਹਾ? ਸਾਡਾ ਇਹ ਆ ਕਿ ਇਹਨੂੰ ਜਿਹੜਾ ਪਹਿਲਾਂ 2007 ਤੋਂ ਜਿਹੜੇ ਵਰਕਰ ਸਾਡੇ ਕੰਮ ਕਰਦੇ ਆ, ਉਹਨਾਂ ਨੂੰ ਵਿਚਾਰਿਆ ਜਾਏ। ਉਹ ਕੰਟਰੈਕਟ 'ਤੇ ਆ, ਉਹ ਆਊਟਸੋਰਸਿੰਗ 'ਤੇ ਕੰਮ ਕਰਦੇ ਆ, ਉਹਨਾਂ ਨੂੰ ਕੰਟਰੈਕਟ 'ਤੇ ਕੀਤਾ ਜਾਏ। ਅਤੇ ਜਿਹੜਾ ਸਾਡਾ ਉਹ 1200 ਮੁਲਾਜ਼ਮ ਹੈ ਜਿਹੜਾ ਬਿਨਾਂ ਵਜ੍ਹਾ ਤੋਂ ਨਿੱਕੇ ਨਿੱਕੇ ਕੰਡੀਸ਼ਨਾਂ ਲਾ ਕੇ ਉਹਨਾਂ ਨੂੰ ਬਾਹਰ ਆਊਟ ਕੀਤਾ ਕੱਢਿਆ ਗਿਆ, ਉਹਨਾਂ ਨੂੰ ਬਹਾਲ ਕੀਤਾ ਜਾਏ ਅਤੇ ਜਿਹੜੀ ਬਰਾਬਰ ਕੰਮ ਬਰਾਬਰ ਤਨਖਾਹ ਜਿਹੜੀ ਉਹ ਲਾਗੂ ਕੀਤੀ ਜਾਏ ਸੁਪਰੀਮ ਕੋਰਟ ਦਾ ਫੈਸਲਾ। ਅਤੇ ਜੇ ਮੰਗਾਂ ਨਹੀਂ ਪੂਰੀਆਂ ਹੁੰਦੀਆਂ, ਜੇ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਜਿਹੜੀ ਇਹ ਗੈਰ ਕਾਨੂੰਨੀ ਭਰਤੀ ਕਰ ਰਹੇ ਆ ਠੇਕੇਦਾਰ ਨੂੰ ਲੈ ਕੇ ਨਾਲ, ਇਹ ਆਪਾਂ ਜੇ ਨਹੀਂ ਰੋਕਦੇ ਤਾਂ ਫਿਰ ਆਪਾਂ ਪੂਰੇ ਪੰਜਾਬ ਦੇ ਵਿੱਚ ਜਿੰਨੇ ਆਪਣੀਆਂ ਸਾਡੀਆਂ ਗੱਡੀਆਂ ਨੇ, ਜਿੰਨੀਆਂ ਸਾਡੀਆਂ ਕਮੇਟੀਆਂ ਨੇ, ਉਹ ਰੂਟ 'ਤੇ ਜਿੰਨੀਆਂ ਵੀ ਗੱਡੀਆਂ ਸਾਡੀਆਂ ਚੱਲ ਰਹੀਆਂ ਨੇ, ਉਹ ਸਵਾਰੀਆਂ ਸਮੇਤ ਜਿਹੜੀਆਂ ਸੜਕਾਂ ਦੇ ਵਿੱਚ ਬੰਦ ਕਰਨਗੀਆਂ, ਪੰਜਾਬ ਦੀ ਜਨਤਾ ਨੂੰ ਇਹ ਜਾਗਰੂਕ ਕਰਨਗੀਆਂ ਕਿ ਸਰਕਾਰਾਂ ਜਿਹੜੀਆਂ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕਰ ਰਹੀਆਂ, ਧੱਕਾ ਕਰ ਰਹੀਆਂ, ਜਿਹੜਾ ਗੈਰ ਕਾਨੂੰਨੀ ਭਰਤੀ ਜਿਹੜੀ ਕੀਤੀ ਜਾ ਰਹੀ ਹੈ, ਜਿਹਦਾ ਕੋਈ ਤੁੱਕ ਨਹੀਂ ਪਾਉਂਦਾ ਕਰਦਾ, ਅਤੇ ਅਸੀਂ ਜਿਹੜਾ ਪੰਜਾਬ ਸਰਕਾਰ ਖਿਲਾਫ਼ ਜਿਹੜਾ ਉਹ ਪੂਰਾ ਤਗੜਾ ਮੋਰਚਾ ਖੋਲਾਂਗੇ। ਸਰ, ਜਿਹੜਾ ਪੈਟਰੋਲ ਫੜੀ ਫਿਰਦੇ ਹੱਥ ਦੇ ਵਿੱਚ, ਉਹ ਕਾਹਦੀ ਗੱਲ ਫਿਰ ਪੈਟਰੋਲ ਫੜੀ ਫਿਰਦੇ ਆ? ਸਾਡੇ ਵਰਕਰਾਂ 'ਚ ਬਹੁਤ ਜ਼ਿਆਦਾ ਇਹ ਰੋਸ ਆ ਕਿ ਜਦੋਂ ਅਸੀਂ 12 ਸਾਲ ਤੋਂ ਇੱਥੇ ਕੰਮ ਕਰ ਰਹੇ ਹਾਂ, ਹੁਣ ਤੁਸੀਂ ਨਾ ਬਹਾਇਆ ਆ ਅਤੇ ਸਾਡਾ ਤਾਂ ਕੋਈ ਹੱਲ ਨਹੀਂ ਕੀਤਾ, ਅਤੇ ਜਿਹੜਾ ਨਵੀਂ ਭਰਤੀ ਹੋਰ ਕਰਕੇ ਅਤੇ ਜਿਹੜੇ ਪੁਰਾਣੇ ਵਰਕਰ ਆ ਉਹਨਾਂ ਨੂੰ ਕੱਢਣ ਦੀ ਜਿਹੜੀ ਆ, ਉਹ ਬਿਲਕੁਲ ਸਰਕਾਰ ਦਾ ਜਿਹੜਾ ਸਾਹਮਣੇ ਆ ਗਿਆ। ਇਹਨਾਂ ਨੂੰ 12 ਸਾਲ ਹੋ ਗਏ ਕੰਮ ਕਰਦਿਆਂ ਨੂੰ, ਇਹਨਾਂ ਨੂੰ ਹੁਣ ਕੱਢਣਗੇ ਅਤੇ ਜਿਹੜੇ ਨਵੇਂ ਰੱਖ ਲੈਣਗੇ, ਫਿਰ 2 ਸਾਲ ਬਾਅਦ ਉਹਨਾਂ ਨੂੰ ਕੱਢ ਕੇ ਅਤੇ ਫਿਰ ਦੂਜੇ ਰੱਖ ਲੈਣਗੇ। ਪਹਿਲਾਂ 1200 ਜਿਹੜਾ ਬੰਦਾ ਸਾਡਾ ਉਹ ਬਿਲਕੁਲ ਬਾਹਰ ਕੱਢਿਆ ਗਿਆ, ਅਤੇ ਇਸ ਕਰਕੇ ਇਹਨਾਂ ਦਾ ਇਹ ਰੋਸ ਆ ਕਿ ਜੇ ਅਸੀਂ 12 ਸਾਲ ਬਾਅਦ ਵੀ ਬਿਨਾਂ ਹੀ ਕੋਈ ਲੇਖ ਘਰ ਜਾਣਾ ਅਤੇ ਅਸੀਂ ਘਰ ਨਹੀਂ ਜਾਣਾ, ਇੱਥੇ ਜਿਹੜਾ ਜੇ ਨਹੀਂ ਰੁਕਦਾ ਅਤੇ ਆਪਣੇ ਆਪ ਨੂੰ ਅੱਗ ਲਾ ਕੇ ਜਿਹੜਾ ਉਹ ਸੁਸਾਈਡ ਕਰਾਂਗੇ, ਇਹ ਸਾਡੇ ਵਰਕਰਾਂ ਦੋਸ਼ ਆ। ਇਹਦਾ ਜ਼ਿੰਮੇਵਾਰ ਕੌਣ ਹੋ? ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਜਿਹੜੀ ਕਮੇਟੀ ਆ ਭਰਤੀ ਕਰਨ ਵਾਲੀ ਅਤੇ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਅੰਮ੍ਰਿਤਸਰ ਦਾ। ਠੀਕ ਹੈ, ਨਹੀਂ ਕੋਈ ਗੱਲ ਨਹੀਂ। ਹਾਂਜੀ ਸਰ, ਕੀ ਮਸਲਾ ਹੈ ਸਾਰਾ? ਇੱਕ ਪਾਸੇ ਪ੍ਰੋਟੈਸਟ ਚੱਲ ਰਿਹਾ, ਇੱਕ ਪਾਸੇ ਭਰਤੀ ਚੱਲ ਰਹੀ ਜੀ। ਮਸਲਾ ਇਹ ਹੈ ਕਿ ਇਹ ਜਿਹੜੀ ਆਊਟਸੋਰਸਿੰਗ ਰਾਹੀਂ ਜਿਹੜੀ ਪਨ ਬੱਸ ਹੈ ਪੰਜਾਬ ਦੀ, ਕੰਡਕਟਰ ਦੇ ਡਰਾਈਵਰ ਭਰਤੀ ਕਰ ਰਹੇ ਆ, ਇਹਨਾਂ ਨੇ ਕੰਟਰੈਕਟ ਦਿੱਤਾ ਜਿਹੜੇ ਪਹਿਲਾਂ ਕੰਟਰੈਕਟ 'ਤੇ ਲੱਗੇ ਆ ਡਰਾਈਵਰ ਕੰਡਕਟਰ, ਉਹ ਪ੍ਰੋਟੈਸਟ ਕਰ ਰਹੇ ਆ ਇਸ ਭਰਤੀ ਦੇ ਉੱਤੇ। ਉਹ ਉਹਨਾਂ ਦੀ ਡਿਮਾਂਡ ਇਹ ਨੇ ਕਿ ਸਾਨੂੰ ਪਹਿਲਾਂ ਪੱਕਿਆਂ ਕੀਤਾ ਜਾਵੇ, ਅਸੀਂ 8-10 ਸਾਲ ਤੋਂ ਇਸ ਕਰਕੇ ਉਹ ਪ੍ਰੋਟੈਸਟ ਕਰ ਰਹੇ ਹਾਂ। ਸਰ, ਉਹ ਪੈਟਰੋਲ ਲਈ ਫਿਰਦੇ ਹੱਥਾਂ ਦੇ ਵਿੱਚ, ਕੁਛ ਇਸ ਤਰ੍ਹਾਂ ਕੋਈ ਅੱਗ ਲਾਉਂਦੀ ਕੋਈ ਗੱਲਬਾਤ ਰਾਹੀਂ ਇਹਨਾਂ ਦਾ ਕੋਈ ਮਸਲਾ ਹੱਲ ਕਰਾਇਆ ਜਾ ਸਕਦਾ ਜੀ? ਗੱਲਬਾਤ ਕਰਦੇ ਹਾਂ ਅਤੇ ਡਿਊਟੀ ਮਿਨਿਸਟਰ ਵੀ ਆ ਰਹੇ ਨੇ, ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਠੀਕ ਹੈ, ਠੀਕ ਹੈ ਸਰ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਰਿਪੋਰਟ।